ਵੀਰੇ ਹੁਣ ਜਦੋਂ ਕੋਈ ਵੀ ਹੁਣ ਆਪਾਂ ਲੈਂਟਰ ਪਾਤਾ, ਹਾਂਜੀ, ਉਹਦੇ ਉੱਪਰ ਆਪਾਂ ਚਣਾਈ ਲਾ ਦਿੰਦੇ, ਉੱਥੇ ਕਰੈਕ ਆਉਂਦੀ ਆਉਂਦਾ, ਹਾਂਜੀ, ਠੀਕ ਹੈ, ਆਪਾਂ ਪਰ ਉਹਦੇ ਉੱਪਰ ਥੱਲੋਂ ਜਿੰਨੀ ਆਪਾਂ ਨੇ ਨਿਵਾਂ ਭਰੀਆਂ ਸੀਗੀਆਂ, ਹਾਂਜੀ ਹਾਂਜੀ, ਫੁੱਟ ਨਿਵਾਂ ਭਰੀਆਂ ਗਈਆਂ ਨੇ, ਬੀਜੀ ਬਾਣ ਚੋਂ ਚੱਕਿਆ ਸੀ ਆਪਾਂ ਨੇ, ਜੀ 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 ਜੀ, ਤੇ ਆਪਾਂ ਨੇ ਨਿਵਾਂ ਵੀ ਚਣਾਈ ਚਣਾਈ ਦੇ ਉੱਤੇ ਕਿੰਨੀ ਕਿੱਟ ਲੱਗ ਚੁੱਕੀ ਹੁਣ ਤੱਕ? ਇਹਦੀ ਵੀਰੇ ਲੱਗ ਗਈ ਹੁਣ ਤੱਕ ਸਾਰਡਿੰਗ ਆ ਗਈ, ਹਾਂਜੀ ਹਾਂਜੀ, ਇਹਦਾ ਵੀਰ ਜੀ ਡਬਲ ਚ ਰੇਟ ਹੁੰਦਾ, ਡਬਲ ਚ ਰੇਟ, ਮੰਨ ਲਾ ਆਪਣਾ 150 ਹੈ ਤਾਂ ਇਹਦਾ 300 ਰੁਪਏ ਸਕੁਅਰ ਫੁੱਟ, 300 ਰੁਪਏ ਹੋ ਜੀ, ਹਾਂਜੀ ਹਾਂਜੀ, ਠੀਕ ਹੈ, ਇਹ ਆਪਾਂ ਨੂੰ ਸਵਾ ਕੁ ਸਾਲ ਹੋ ਗਿਆ, ਸਵਾ ਕੁ ਸਾਲ, ਹਾਂਜੀ ਹਾਂਜੀ, ਠੀਕ ਹੈ, ਮੰਜਾ ਡਾਲੂ ਜਿਵੇਂ ਪੈਣਾ ਉਰੇ, ਹਾਂਜੀ, ਹਵਾ ਕ੍ਰੋਸ ਹੁੰਦੀ ਹੈ, ਖੁੱਲੀ ਹਵਾ, ਬਿਲਕੁਲ ਬਿਲਕੁਲ, ਤੇ ਇੱਕ ਹੋਰ ਕਾਰਨ ਇਹਦਾ ਆਪਾਂ ਉੱਪਰੋਂ ਆਪਾਂ ਦੇਖ ਸਕਦੇ ਨੀਚੇ, ਦੇਖ ਜੀ ਟੀ ਰੋਡ ਉੱਤੇ ਕਿਲੇ ਚ ਹਵੇਲੀ ਆ। ਸਤਿ ਸ੍ਰੀ ਅਕਾਲ ਦੋਸਤੋ, ਅੱਜ ਪੰਜਾਬ ਦੀ ਸਭ ਤੋਂ ਵੱਡੀ ਹਵੇਲੀ ਲੈ ਕੇ ਹਾਜ਼ਰ ਹੋਇਆ ਜੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ ਵਿਖੇ, ਤੇ ਕਾਫੀ ਵੱਖਰੇ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਆ ਹਵੇਲੀ, ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇਵਾਂਗੇ, ਤੇ ਆਓ ਗੱਲਬਾਤ ਕਰਦੇ ਆ ਮਕਾਨ ਮਾਲਕਾਂ ਦੇ ਨਾਲ। ਬਾਈ ਅਤਿੰਦਰ ਹੋਣਾ ਦੀ ਹਵੇਲੀ ਹੈ, ਤਿਆਰ ਹੋ ਰਹੀ ਹੈਗੀ, ਤੇ ਇੱਥੇ ਕਿੰਨਾ ਸੀਮਿੰਟ ਸਰੀਆ ਲੱਗਿਆਗਾ ਤੇ ਕੀ ਕੁਝ ਖਾਸ ਆ, ਸਾਰੀ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਬਾਈ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਹੋਰ ਅਤਿੰਦਰ ਵੀਰੇ ਸਭ ਠੀਕ ਠਾਕ ਜੀ? ਬਾਈ ਜੀ ਬਹੁਤ ਬਹੁਤ ਮੁਬਾਰਕਾਂ, ਪਹਿਲਾਂ ਤਾਂ ਬਹੁਤ ਵੱਡੀ ਹਵੇਲੀ ਬਣਾ ਰਹੇ ਹੋ ਜੀ, ਤੁਹਾਨੂੰ ਵੀ ਵੀਰ ਜੀ ਬਹੁਤ, ਤੇ ਵੀਰ ਜੀ ਕਿੱਥੋਂ ਕਿਵੇਂ ਖਿਆਲ ਆਇਆ ਜੀ, ਹਨਾ ਵੀ ਇਸ ਹਵੇਲੀ ਦਾ ਵੀ ਆਪਾਂ ਇੱਦਾਂ ਦਾ ਬਣਾਉਣਾ ਜੀ? ਇਹ ਖਿਆਲ ਵੀਰੇ ਗੱਲ ਹੈ ਆਪਣੂ ਰੀ ਸੀਗੀ ਇੱਕ ਵੀ ਘਰ ਪਾਉਣਾ ਤਾਂ ਵਧੀਆ ਹੀ ਪਾਈਏ ਜੀ, ਹਾਂਜੀ, ਤੇ ਇਹਦਾ ਵੀਰੇ ਨਕਸ਼ਾ ਕਿੱਥੋਂ ਤਿਆਰ ਕਰਵਾਇਆ ਤੁਸੀਂ? ਨਕਸ਼ਾ ਵੀਰੇ ਕਰਾਇਆ ਇਹਦਾ ਬੁਲਾਡੇ ਤੋਂ ਰਮਨਦੀਪ ਸਿੰਘ ਜੀ ਨੇ, ਆਰਕੀਟੈਕਟ ਜੀ ਜੀ। ਚਣਾਈ ਦਾ ਕੰਮ ਹੈ ਵੀਰੇ? ਚਣਾਈ ਦਾ ਕੰਮ ਆਪਣਾ ਸੁਖਚੈਨ ਆ ਜੀ, ਬਛਵਾਣੇ ਤੋਂ, ਠੀਕ ਹੈ ਵੀਰੇ ਜੀ। ਤੇ ਬਾਕੀ ਵੀਰੇ ਆਪਾਂ ਗੱਲ ਕਰੀਏ ਨਾ, ਕਾਫੀ ਵੱਖਰਾ ਜਿਹਾ ਕਨਸੈਪਟ ਤੁਸੀਂ ਤਿਆਰ ਕੀਤਾ, ਹਾਂਜੀ, ਚੀਜ਼ ਮੌਜੂਦ ਆਪਣੀ ਹਵੇਲੀ ਦੇ ਵਿੱਚ, ਹਾਂਜੀ ਹਾਂ, ਤੇ ਗੱਲ ਕਰੀਏ ਵੀਰੇ ਇਹਦੀ ਚਣਾਈ ਚਣਾਈ ਦੇ ਉੱਤੇ ਕਿੰਨੀ ਕਿੱਟ ਲੱਗ ਚੁੱਕੀ ਹੁਣ ਤੱਕ? ਇਹਦੀ ਵੀਰੇ ਲੱਗ ਗਈ ਹੁਣ ਤੱਕ ਸਾਰੀ ਟੋਟਲ 580,000 ਇੱਟ ਲੱਗ ਗਈ, ਠੀਕ ਹੈ ਵੀਰੇ। ਤੇ ਸੀਮਿੰਟ ਕਿਹੜਾ ਵਰਤਿਆ ਵੀਰੇ ਇਸ ਹਵੇਲੀ? ਸੀਮਿੰਟ ਆਪਾਂ ਵਰਤਿਆ ਨੀਚੇ ਦਾ ਵਰਤਿਆ ਨਵਾਂ ਚ ਅਲਟਰਾਟੈਕ, ਹਾਂਜੀ, ਉੱਪਰ ਸਾਰਾ ਇਹਦਾ ਕਰਿਆ, ਚਣਾਈ ਚ ਵੀ ਆਪਾਂ ਕਰਿਆ ਅਲਟਰਾਟੈਕ ਹੀ ਕਰਿਆ ਜੀ, ਤੇ ਪਲਸਤਰ ਕਰੀ ਆਪਾਂ ਵੰਡਰ ਨਾਲ, ਵੰਡਰ ਦੇ ਨਾਲ। ਇਹ ਵੀਰ ਜੀ ਕਿੰਨੇ ਸਕੁਅਰ ਫਿੱਟ ਦੇ ਵਿੱਚ ਆਪਣੀ ਹਵੇਲੀ ਤਿਆਰ ਹੋਈ ਆ? ਇਹ ਸਕੁਅਰ ਫਿੱਟ ਵੀਰੇ 10,000 ਸਕੁਅਰ ਫਿੱਟ ਹੈ ਜੀ। ਤੇ ਗੱਲ ਕਰੀਏ ਇਹਦੀ ਨੀਹਾਂ ਦੀ ਡੰਗਾਈ ਕਿੰਨੇ ਫੁੱਟ ਤੱਕ ਨੀਚੇ ਜੀ? ਨੀਹਾਂ ਦੀ ਡੰਗਾਈ ਹੈਗੀ ਵੀਰੇ 9 ਫੁੱਟ, 9 ਫੁੱਟ, ਹਾਂਜੀ ਹਾਂ, ਠੀਕ ਹੈ। ਤੇ ਸੜਕ ਨਾਲੋਂ ਕਿੰਨੀ ਉੱਚੀ ਆ ਜਾਂਦੀ ਹੈ? ਸੜਕ ਨਾਲੋਂ ਹੈਗੀ ਜੀ 5-5.5 ਫੁੱਟ, ਠੀਕ ਹੈ ਜੀ, ਹਾਂਜੀ। ਤੇ ਸਰੀਆ ਕਿਹੜਾ ਕਿਹੜਾ ਵਰਤਿਆ ਜੀ ਆਪਾਂ? ਸਰੀਆ ਆਪਾਂ ਬਾਉਂਡਰੀ ਦਾ ਵਰਤਿਆ ਵੀਰੇ ਜਿੰਦਲ ਪੈਂਥਰ, ਜੀ ਜੀ। ਦੂਜਾ ਆਪਾਂ ਵਰਤਿਆ ਸਾਰਾ ਟਾਟਾ ਦਾ, ਟਾਟਾ ਦਾ। ਤੇ ਆਓ ਦਰਸ਼ਕ ਵੀਰੋ ਆਪਾਂ ਅੰਦਰੋਂ ਤੁਹਾਨੂੰ ਦਿਖਾਉਣੇ ਸਾਰੀ ਹਵੇਲੀ, ਜਿੰਨੀ ਹੀ ਵਧੀਆ ਬਾਹਰੋਂ ਬਣੀ ਹੋਈ ਆ ਤੇ ਉਦੋਂ ਜ਼ਿਆਦਾ ਸ਼ਾਨਦਾਰ ਅੰਦਰੋਂ ਆਉਂਗੀ, ਤੇ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣੇ ਆ। ਅਤਿੰਦਰ ਵੀਰੇ ਗੱਲ ਕਰੀਏ ਆਪਾਂ, ਮਤਲਬ ਤੁਹਾਡੇ ਟੋਟਲ ਕਿੰਨੇ ਬੈਡਰੂਮ ਨੇ ਜੀ, ਤੇ ਕੀ ਕੁਛ ਅੰਦਰੋਂ ਖਾਸ ਹੈਗਾ, ਸਾਰੀ ਚੀਜ਼ ਦੇ ਬਾਰੇ ਜਾਣਕਾਰੀ ਦੱਸੋ ਵੀ ਇੱਧਰ ਕੀ ਬਣਿਆ ਹੋਇਆ ਕੱਲੀ ਕੱਲੀ ਚੀਜ਼ ਜੀ? ਬੈਡਰੂਮ ਨੇ ਆਪਣੇ ਵੀਰੇ ਨੀਚੇ 4 ਜੀ ਵੀਰੇ, ਹਾਂਜੀ ਹਾਂ। ਇਹ ਆ ਗਿਆ ਆਪਣਾ ਡਰਾਇੰਗ ਏਰੀਆ, ਡਰਾਇੰਗ ਏਰੀਆ, ਹਾਂਜੀ ਹਾਂ। ਤੇ ਕਾਫੀ ਵੀਰੇ ਖੁੱਲਾ ਡੋਲਾ ਵਧੀਆ ਬਣਾਇਆ ਤੁਸੀਂ ਡਰਾਇੰਗ ਏਰੀਆ, ਹਾਂਜੀ ਹਾਂ। ਆਪਾਂ ਦੇਖੀਏ ਵੀ ਇੰਨਾ ਡਰਾਇੰਗ ਰੂਮ ਹੁੰਦਾ ਨੀ ਹੈਗਾ, ਇਹਦੇ ਪਿੱਛੇ ਦਾ ਕੀ ਕਾਰਨ ਸੀਗਾ ਵੀਰੇ? ਇਹਦੇ ਪਿੱਛੇ ਦਾ ਕਾਰਨ ਵੀਰੇ ਪਤਾ ਕੀ ਗੱਲ ਹੈ, ਕਈ ਵਾਰੀ ਮੈਂ ਦੇਖਿਆ ਕਈ ਰਿਸ਼ਤੇਦਾਰੀਆਂ ਜਦੋਂ ਆਪਾਂ ਕੋਈ ਪ੍ਰੋਗਰਾਮ ਹੁੰਦਾ, ਵਿਆਹ ਸ਼ਾਦੀ ਹੁੰਦੀ ਹੈ, ਹਾਂਜੀ, ਰਿਸ਼ਤੇਦਾਰ ਆਏ ਹੁੰਦੇ ਆਪਣੇ ਜੀ, ਉੱਥੇ ਵਿੱਚ ਹੀ ਭੀੜ ਭੜਕ ਆਏ ਹੋਏ, ਵਿੱਚ ਹੀ ਸਰਵ ਕਰਨ ਵਾਲੇ ਹੁੰਦੇ ਨੇ, ਵਿੱਚ ਹੀ ਰਿਸ਼ਤੇਦਾਰ ਬੈਠੇ ਹੁੰਦੇ ਨੇ, ਬੰਦੇ ਵਿੱਚ ਜੇ ਵੱਜ ਜਾਂਦੇ ਆ ਜੀ 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 ਜੀ, ਇਹ ਚੀਜ਼ ਕਰਕੇ ਆਪਾਂ ਸਾਰੀਆਂ ਚੀਜ਼ਾਂ, ਠੀਕ ਹੈ ਜੀ, ਠੀਕ ਹੈ ਜੀ। ਤੇ ਸਰ ਇੱਧਰ ਜੀ ਆਪਾਂ ਗੱਲ ਕਰੀਏ, ਇੱਧਰ ਆ ਗਿਆ ਵੀਰੇ ਆਪਣਾ ਡਾਇਨਿੰਗ ਏਰੀਆ ਜੀ, ਡਾਇਨਿੰਗ ਏਰੀਆ, ਹਾਂਜੀ ਹਾਂ। ਇੱਧਰ ਆਪਾਂ ਗੱਲ, ਇੱਧਰ ਕਿਚਨ ਆ ਗਿਆ ਜੀ, ਕਿਚਨ ਆ ਗਿਆ, ਹਾਂਜੀ 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 ਹਾਂਜੀ। ਤੇ ਡਾਇਨਿੰਗ ਏਰੀਆ ਜ਼ਿਆਦਾਤਰ ਮਤਲਬ ਆਪਾਂ ਪਿੰਡਾਂ ਦੇ ਵਿੱਚ ਨਹੀਂ ਬਣਦਾ, ਬਟ ਤੁਸੀਂ ਬਣਾਇਆ ਗਾ ਤੇ ਰਸੋਈ ਵੀ ਕਾਫੀ ਖੁੱਲੀ ਡੁੱਲੀ ਬਣਾਈ ਆ, ਹਾਂਜੀ ਹਾਂਜੀ ਵੀਰੇ। ਤੇ ਇਹਦੇ ਬਾਰੇ ਵੀ ਦੱਸੋ, ਆ ਏਰੀਆ ਦੇ ਬਾਰੇ। ਇਹ ਲੌਬੀ ਹੈ ਜੀ, ਲੌਬੀ ਆ ਗਈ, ਹਾਂਜੀ। ਦਰਸ਼ਕ ਵੀਰੋ ਤੁਸੀਂ ਆ ਦੇਖ ਸਕਦੇ ਹੋ, ਮਤਲਬ ਜ਼ਿਆਦਾਤਰ ਤਾਂ ਨਹੀਂ ਇੰਨੇ ਏਰੀਆ ਦੇ ਵਿੱਚ ਇੱਕ ਕੋਠੀ ਤਿਆਰ ਹੋ ਜਾਂਦੀ ਹੈ, ਤੇ ਬਾਈ ਹੋਣਾ ਨੇ ਜਿੰਨਾ ਏਰੀਆ ਰਸੋਈ ਲੌਬੀ ਤੇ ਡਰਾਇੰਗ ਰੂਮ ਦੇ ਵਿੱਚ ਇਨਵੈਸਟ ਕਰਤਾ, ਹਾਂਜੀ। ਤੇ ਬਾਕੀ ਜਿਹੜੀ ਆਪਾਂ ਕੋਠੀ ਦੀ ਜਿਹੜੀ ਆਪਣੀ ਹਵੇਲੀ ਦੀ ਗੱਲ ਕਰੀਏ, ਮੇਨ ਪਾਰਟੀਸ਼ਨ ਸਟੇਅਰ ਤੋਂ ਬਾਅਦ ਸਟਾਰਟ ਹੁੰਦੀ ਆ, ਤੇ ਉਦੋਂ ਪਹਿਲਾਂ ਪਹਿਲਾਂ ਇਸ ਕਾਫੀ ਏਰੀਆ ਇਹਨਾਂ ਨੇ ਲੌਬੀ ਡਰਾਇੰਗ ਰੂਮ ਤੇ ਕਿਚਨ ਦੇ ਵਿੱਚ ਸਾਰਾ ਕੁਝ ਉਹ ਵੱਖਰਾ ਰੱਖਿਆ ਗਾ, ਹਾਂਜੀ। ਤੇ ਵੀਰੇ ਇਹ ਮਤਲਬ ਇੱਕ ਵੱਖਰੀ ਸਾਈਡ ਤੇ ਚਲਾ ਗਿਆ, ਤੇ ਮੇਨ ਗੱਲ ਕਰੀਏ ਬੈਡਰੂਮ ਆਪਣੇ ਪੌੜੀਆਂ ਤੋਂ ਬਾਅਦ ਸਟਾਰਟ ਹੁੰਦੇ ਆ, ਤੇ ਕੀ ਕਨਸੈਪਟ ਤੁਸੀਂ ਸੋਚਿਆ ਸੀਗਾ? ਇਹ ਗੱਲ ਵੀਰੇ ਇਹਦੇ ਪਿੱਛੇ ਕਾਰਨ ਇਹ ਹੈ ਵੀ
ਆਪਣੇ ਜਿਵੇਂ ਯਾਰ ਦੋਸਤ ਆਏ ਹੁੰਦੇ ਆ, ਗੈਸਟ ਆਏ ਹੁੰਦੇ ਆ, ਵੀ ਅੰਦਰ ਫੈਮਿਲੀ ਨੂੰ ਕੋਈ ਫੈਮਿਲੀ ਜਿੱਦਾਂ ਆਪਣੇ ਲੇਡੀਜ਼ ਹੁੰਦਾ ਪਰਿਵਾਰ ਬੈਠਾ ਹੁੰਦਾ ਗਾ, ਵੀ ਕਿਸੇ ਕਿਸਮ ਦਾ ਕੋਈ ਡਿਸਟਰਬੈਂਸ ਨਾ ਹੋਵੇ। ਸੋ ਦਰਸ਼ਕ ਵੀਰੋ ਆਜੋ, ਤੁਹਾਨੂੰ ਦਿਖਾਉਣੇ ਆਪਾਂ ਇਧਰੋਂ ਬੈਡਰੂਮ ਵਗੈਰਾ ਦਿਖਾਉਣੇ ਆ ਸਾਰੇ। ਟੋਟਲ ਵੀਰੇ ਕਿੰਨੇ ਬੈਡਰੂਮ ਨੇ ਇੱਥੇ ਜੀ? ਬੈਡਰੂਮ ਵੀਰੇ ਨੀਚੇ ਨੇ ਚਾਰ ਚਾਰ ਜੀ। ਹਾਂਜੀ 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 ਆਜੋ। ਹੁਣ ਤੁਸੀਂ ਐਂ ਲਾ ਲਓ ਵੀਰੇ, ਆਪਾਂ ਕੋਠੀ ਦੇ ਵਿੱਚ ਸਾਰੀ ਚੀਜ਼ A to Z ਵੀ ਨਵੀਂ ਉਹਦੇ ਨਾਲ ਪਾਈ ਹੈ ਵੀ ਆਪਾਂ ਜੀ ਵੀਰੇ, ਤੁਸੀਂ ਇਕੱਠਾ ਲਾ ਲਓ। ਹੁਣ ਲੱਕੜ ਪਿੱਛੇ ਭੱਜੀ ਜਾਂਦੇ ਨੇ। ਹਾਂਜੀ ਵੀਰੇ, ਠੀਕ ਹੈ। ਲੱਕੜ ਤੋਂ ਇੱਕ ਤਾਂ ਸਾਡੇ ਪਿੱਛੇ ਹੈਗੀ ਸਿਉਂਕ ਬਾਹਲੀ ਜ਼ਿਆਦਾ ਹੈ ਵੀਰੇ ਜੀ ਵੀਰੇ, ਇਹਦੇ ਇਹਦਾ ਕਾਰਨ ਇਹ ਲਵਾਉਣ ਦਾ ਨਾ ਤੈਨੂੰ ਸਿਉਂਕ ਲੱਗੇ ਜੀ ਵੀਰੇ, ਪਾਣੀ ਨਾਲ ਖਰਾਬ ਹੋਣ, ਕੋਈ ਚੱਕਰ ਨੀ ਵੀਰੇ। ਹੈ ਕੀ ਚੀਜ਼ ਆ ਵੈਸੇ? WBCSV ਵੁੱਡ ਦੀ ਹੈ ਵੀਰੇ ਇਹ। ਅੱਛਾ ਜੀ। ਹਾਂਜੀ, 25 ਸਾਲ ਦੀ ਗਰੰਟੀ ਕੰਪਨੀ ਦਿੰਦੀ ਹੈ ਲਿਖ ਕੇ ਰਿਟਰਨ ਚ। ਜੋ ਵੀ ਤੁਸੀਂ ਕਰ ਰਹੇ ਹੋ ਕਨਸੈਪਟ ਸਾਰੇ ਵੱਖੋ ਵੱਖਰੇ ਨਵੇਂ ਨਵੇਂ ਆਈਡੀਆ ਇਹਦੇ ਚ ਲਾ ਰਹੇ ਹੋ। ਹੁਣ ਆਪਾਂ ਅੱਜ ਇਕੱਠਾ ਲਾ ਲਾਂਗੇ ਲੱਕੜ ਵੀ ਲਾ ਲੈਂਦੇ। ਹਾਂਜੀ, 10 ਸਾਲਾਂ ਨੂੰ, 15 ਨੂੰ, 5 ਸਾਲਾਂ ਨੂੰ ਸਿਉਂਕ ਲੱਗੇ ਨੀ ਜੀ, ਦੂਰਾ ਖਰਚਾ ਹੁੰਦਾ। ਬਿਲਕੁਲ ਜੀ ਬਿਲਕੁਲ, ਕਾਰਨ ਕਰਕੇ ਵੀਰੇ ਸਾਰਾ ਕੁਝ ਸੋਚ। ਠੀਕ ਹੈ ਜੀ। ਹਾਂਜੀ ਦਰਸ਼ਕ ਵੀਰੋ, ਹੁਣ ਤੁਹਾਨੂੰ ਦਿਖਾਉਣੇ ਆਪਾਂ ਦੂਜਾ ਬੈਡਰੂਮ। ਵੀਰ ਜੀ ਇਹਦੇ ਬਾਰੇ ਵੀ ਦੱਸੋ ਜੀ। ਇਹ ਬੈਡਰੂਮ ਹੈਗਾ ਵੀਰੇ ਆਪਣਾ 2014 ਦਾ। ਹਾਂਜੀ ਸੋਰੀ, 2016। ਹਾਂਜੀ ਹਾਂ, ਤੇ ਇਹਦੇ ਨਾਲ ਵੀ ਬਾਥਰੂਮ ਅਟੈਚ ਆ, ਡਰੈਸਿੰਗ ਏਰੀਆ। ਹਾਂਜੀ ਠੀਕ ਹੈ ਜੀ। ਤੇ ਇੱਥੋਂ ਮਤਲਬ ਵਿਊ ਵੀ ਕਾਫੀ ਆਪਾਂ ਦੇਖਦੇ ਹਾਂ, ਬੜਾ ਸ਼ਾਨਦਾਰ ਆਉਂਦਾ ਗਾ, ਫਸਲਾਂ ਖੜੀਆਂ ਸਾਰਾ ਕੁਛ ਜੀ ਜੀ ਦਿਖਦਾ ਜੀ ਜੀ। ਬਿਲਡਿੰਗ ਬਣ ਕੇ ਖੜੀ ਹੋਈ ਹੈਗੀ, ਸੁਰਖੀ ਬਿੰਦੀ ਦਾ ਸਾਰਾ ਇਹਦਾ ਮੇਕਅਪ ਦਾ ਕੰਮ ਰਹਿੰਦਾ ਹੈਗਾ। ਤੇ ਕਾਫੀ ਵੱਡਾ ਹਨਾ ਤੁਸੀਂ ਪ੍ਰੋਜੈਕਟ ਸਟਾਰਟ ਕੀਤਾ, ਤੇ ਕਦੇ ਕਦੇ ਇੰਝ ਨੀ ਲੱਗਦਾ ਵੀ ਯਾਰ ਛੋਟੇ ਨਾਲ ਸਰ ਜਾਂਦਾ, ਵੀ ਏਦਾਂ ਕਾਹਤੇ ਲਈ ਕਰਨਾ ਸੀਗਾ, ਕਦੇ ਖਿਆਲ ਆਉਂਦਾ ਹੋਵੇ? ਖਿਆਲ ਤਾਂ ਵੀਰੇ ਹੁਣ ਆਇਆ, ਕੁਛ ਪਰਮਾਤਮਾ ਦੀ ਮਿਹਰ ਹੈ। ਹਾਂਜੀ, ਕੁਛ ਐਂ ਸੀਗਾ ਵੀ ਹੁਣ ਖੁੱਲਾ ਡੋਲੀ ਬਣਾਈ, ਬਣਾਉਣ ਨੀ ਲੱਗੇ, ਦਲੇਰੀ ਨਾਲ ਬਣਾਈ ਜਾਣੀ ਹੈ। ਆਹ ਕਾਰਨ ਹੈ ਵੀਰੇ। ਦਰਸ਼ਕ ਵੀਰੋ, ਤੁਸੀਂ ਦੇਖ ਸਕਦੇ ਹੋ ਕਿ ਸਾਰੇ ਹੀ ਬੈਡਰੂਮ ਲਗਭਗ ਖੁੱਲੇ ਡੋਲੇ ਨੇ, ਤੇ ਹਰੇਕ ਦੇ ਨਾਲ ਬਾਥਰੂਮ ਤੇ ਡਰੈਸਿੰਗ ਅਟੈਚ ਆ। ਤੇ ਇੱਕ ਹੋਰ ਇਸ ਹਵੇਲੀ ਦੇ ਨਾਲ ਕੋਠੀ ਸਟਾਰਟ ਹੋ ਜਾਂਦੀ ਆ, ਉਹ ਵੀ ਤੁਹਾਨੂੰ ਦਿਖਾਉਣੇ ਆਗੇ। ਤੇ ਹਾਂਜੀ ਯਤਿੰਦਰ ਵੀਰੇ, ਇਹਦੇ ਬਾਰੇ ਵੀਰੇ ਚਾਨਣਾ ਪਾਓ ਵੀ ਇਹ ਕੀ ਕਨਸੈਪਟ ਹੈਗਾ ਤੇ ਕਿਆ ਸੋਚ ਦੇ ਨਾਲ ਬਣਾਇਆ ਗਿਆ? ਇਹ ਵੀਰੇ ਹੈਗਾ ਆਪਾਂ ਇੱਧਰ ਬਣਾਇਆ 3 ਬੈਡਰੂਮ ਨੇ, ਇੱਕ ਸਟੋਰ ਹੈ। ਠੀਕ ਹੈ ਜੀ, 2 ਬੈਡਰੂਮ ਇੱਕ ਸਟੋਰ ਆ। ਇਹਦਾ ਕਾਰਨ ਬਣਾਉਣ ਦਾ ਇਹ ਆਪਣੀ ਕੋਠੀ ਕੰਪਲੀਟ ਹੁੰਦੀ ਸੀ ਇੱਥੇ ਜੀ। ਠੀਕ ਹੈ ਜੀ। ਇੱਧਰ ਫਿਰ ਵੀ ਸੋਚਿਆ ਵੀ ਆਹ ਥਾਂ ਹੁਣ ਬੇਫਾਲਤੂ, ਵੀ ਇੱਕ ਤਾਂ ਇੱਥੇ ਗੱਡੀਆਂ ਗੁੱਡੀਆਂ ਲੱਗ ਜਾਣਗੀਆਂ। ਜੀ 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 ਜੀ। ਠੀਕ ਹੈ ਜੀ। ਤੇ ਇਹਦੇ ਬਾਰੇ ਵੀ ਦੱਸੋ ਵੀਰੇ। ਇਹ ਵੀਰੇ ਹੈਗਾ ਸਟੋਰ। ਸਟੋਰ, ਹਾਂਜੀ। ਜਿਵੇਂ ਆਪਾਂ ਜੱਟਾਂ ਦੇ ਪੇਟੀਆਂ ਹੁੰਦੀਆਂ ਨੇ ਜੀ, ਪੇਟੀਆਂ, ਅਲਮਾਰੀਆਂ, ਕਣਕਾਂ ਦਾ ਢੋਲ ਹੋ ਗਿਆ, ਸਾਰਾ ਕੁਛ ਇੱਥੇ ਮਤਲਬ ਰੱਖ ਸਕਦੇ ਹਾਂ। ਹਾਂਜੀ ਹਾਂ ਵੀਰੇ ਜੀ। ਵੀਰੇ ਜੀ ਇੱਧਰ 2 ਬੈਡਰੂਮ ਨੇ। ਹਾਂਜੀ, ਇੱਧਰ ਆ ਗਿਆ 1 ਬੈਡਰੂਮ, ਇੱਕ ਇੱਧਰ ਆ ਗਿਆ ਜੀ। ਇਹ ਬਣਵਾਏ ਨੇ ਵੀ ਜਿਵੇਂ ਆਪਾਂ ਕੋਈ ਮਿਸਤਰੀ ਲਾਏ ਹੋਏ ਨੇ। ਹਾਂਜੀ, ਜਿਵੇਂ ਕਿਸੇ ਨੇ ਰਹਿਣਾ ਹਨੇਰਾ ਸਵੇਰਾ ਹੋਇਆ। ਹਾਂਜੀ ਹਾਂ ਹਾਂ, ਉਹਦੇ ਕਾਰਨ ਤੇ ਕੁਛ, ਜਾਂ ਕੋਈ ਵਾਰੀ ਆਪਾਂ ਰਿਸ਼ਤੇਦਾਰ ਨਾਲ ਕੋਈ ਹੋਇਆ, ਰਿਸ਼ਤੇਦਾਰ ਹੁੰਦਾ, ਡਰਾਈਵਰ ਆਇਆ ਹੁੰਦਾ ਨਾ। ਜੀ 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 ਜੀ, ਉਹਦੇ ਵਾਸਤੇ ਵੀ ਉੱਧਰ ਪਾਇਆ ਜਾਂਦਾ। ਜੀ ਜੀ ਹਾਂਜੀ। ਤੇ ਆਜੋ ਦਰਸ਼ਕ ਵੀਰੋ, ਹੁਣ ਆਪਾਂ ਤੁਹਾਨੂੰ ਫਸਟ ਫਲੋਰ ਦਿਖਾਵਾਂਗੇ ਜੀ ਇਸ ਹਵੇਲੀ ਦਾ। ਸੋ ਜੁੜੇ ਰਹੋ, ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰੀ ਚੱਲਿਓ। ਹਾਂਜੀ ਦਰਸ਼ਕ ਵੀਰੋ, ਹੁਣ ਆਪਾਂ ਪਹੁੰਚ ਚੁੱਕੇ ਹਾਂ ਇਸ ਹਵੇਲੀ ਦੇ ਫਸਟ ਫਲੋਰ ਦੇ ਉੱਪਰ। ਇਹਦੀ ਵੀ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕੀ ਕੁਛ ਉੱਪਰ ਬਣਿਆ ਹੋਏਗਾ। ਅਤਿੰਦਰ ਵੀਰੇ, ਸਾਨੂੰ ਦੱਸੋ ਵੀ ਇਹਦੇ ਜੋ ਆਪਣੀ ਹਵੇਲੀ ਦਾ ਫਸਟ ਫਲੋਰ ਆ, ਇੱਥੇ ਕੀ ਕੁਛ ਕੀਤਾ ਹੋਏਗਾ ਆਪਾਂ? ਇੱਥੇ ਵੀਰੇ ਆਪਣਾ ਉੱਪਰ ਹੈਗਾ 3 ਬੈਡਰੂਮ ਹੈ। ਹਾਂਜੀ ਹਾਂਜੀ, ਇੱਕ ਪੂਜਾ ਰੂਮ ਹੈ ਜੀ, ਅੱਧੇ ਦਾ ਜੋ, ਤੇ ਬਾਥਰੂਮ ਹੈ ਜੀ ਇੱਧਰ। ਓਕੇ ਜੀ ਓਕੇ। ਅਤਿੰਦਰ ਵੀਰੇ, ਆ ਕਾਫੀ ਵੱਡਾ ਆਪਾਂ ਗੱਲ ਕਰੀਏ ਇੱਥੋਂ, ਕਾਫੀ ਚੌੜਾ ਗੇਟ ਆ, ਇਹ ਕਿਸ ਚੀਜ਼ ਦੇ ਲਈ ਬਣਿਆ ਹੋਇਆ? ਇਹ ਵੀਰੇ ਆਪਾਂ ਬਣਾਇਆ ਥੀਏਟਰ। ਥੀਏਟਰ ਜੀ, ਇਹ ਮੈਨੂੰ ਲੱਗਦਾ ਆਈਡੀਆ ਤੁਹਾਡਾ ਲੱਗਦਾ। ਹਾਂਜੀ ਹਾਂ, ਓਕੇ ਓਕੇ ਵੀਰੇ। ਤੇ ਕਾਫੀ ਵੀਰੇ ਖੁੱਲਾ ਡੋਲਾ ਤੁਸੀਂ ਦੇਖ ਸਕਦੇ ਹੋ, ਕਾਫੀ ਲੰਬਾਈ ਦੇ ਵਿੱਚ ਹੈਗਾ ਥੀਏਟਰ। ਇੱਥੇ ਪੂਰੀ ਫੈਮਿਲੀ ਤੇ ਆਪਾਂ ਆਪਦੇ ਯਾਰਾਂ ਦੋਸਤਾਂ ਨਾਲ ਵਧੀਆ ਤਰੀਕੇ ਦੇ ਨਾਲ ਇੰਜੋਏ ਵੀ ਕਰ ਸਕਦੇ ਆ ਜੀ। ਤੇ ਇੱਥੋਂ ਗੱਲ ਕਰੀਏ, ਸਾਰਾ ਵਿਊ ਐਂ ਲੱਗਦਾ ਗਾ ਵੀ ਜਿਵੇਂ ਆਪਾਂ ਬੰਦਾ ਕੈਨੇਡਾ ਚ ਬੈਠਾ ਹੋਵੇ। ਤੁਸੀਂ ਦੇਖ ਸਕਦੇ ਹੋਗੇ ਕੱਲੀ ਕੱਲੀ ਚੀਜ਼ ਆਪਾਂ ਨੂੰ ਦੇਖ ਰਹੀ ਆ, ਸਫੈਦੇ ਤੁਸੀਂ ਦੇਖ ਸਕਦੇ ਹੋਗੇ, ਪੂਰੀ ਨਿਗਾਹ ਵੱਜਦੀ ਆ ਰੋਡ ਦੇ ਉੱਤੋਂ ਵੀ ਕੌਣ ਆ ਰਿਹਾ, ਕੌਣ ਜਾ ਰਿਹਾ ਹੈਗਾ, ਸਾਰਾ ਵਿਊ ਆਉਂਦਾ ਗਾ ਜੀ। ਹਾਂਜੀ ਤੰਦਰ ਵੀਰੇ, ਅੱਗੇ ਵੀਰੇ ਆਪਣਾ ਜਿਹੜਾ ਹੈਗਾ ਅੱਗੇ ਦਾ ਕਨਸੈਪਟ ਸਾਨੂੰ ਦੱਸੋ ਜੀ। ਇੱਧਰ ਬੈਡਰੂਮ ਹੈ ਜੀ। ਠੀਕ ਹੈ ਜੀ। ਇਹ ਕਿੰਨੇ ਬਾਏ ਕਿੰਨੇ ਦਾ ਤੰਦਰ ਵੀਰੇ ਬੈਡਰੂਮ ਆ?
ਇਹ ਹੈਗਾ ਜੀ ਆਪਣਾ 2016 ਦਾ, 2016 ਦਾ ਬੈਡਰੂਮ ਆ ਦਰਸ਼ਕ ਵੀਰੋ, ਤੇ ਇੱਥੇ ਵੀ ਬਾਥਰੂਮ ਦੇ ਨਾਲ ਡਰੈਸਿੰਗ ਅਟੈਚ ਆ। ਹਾਂਜੀ ਹਾਂ, ਤਕਰੀਬਨ ਮਤਲਬ ਸਾਰੇ ਬੈਡਰੂਮਾਂ ਦੇ ਨਾਲ ਹੀ ਆ ਜੀ। ਇੱਧਰ ਆਪਾਂ ਗੱਲ ਕਰੀਏ ਭਾਜੀ, ਸਾਰੀ ਸਾਰੀ ਚੀਜ਼ ਇੱਥੇ ਆਪਾਂ ਬਾਲਕੋਨੀ ਕਹਿ ਸਕਦੇ ਇਹਨੂੰ। ਤੇ ਇੱਥੇ ਜਿਵੇਂ ਆਪਾਂ ਸਵੇਰੇ ਉੱਠਦੇ ਹਾਂ ਤਾਜ਼ੀ ਹਵਾ, ਸੂਰਜ ਮੱਥੇ ਲੱਗਦਾ ਗਾ, ਤੇ ਇੱਧਰ ਬਾਈ ਹੁਣਾਂ ਦਾ ਸਾਰਾ ਕੰਸੈਪਟ ਬਣਿਆ ਹੋਏਗਾ ਸੰਦ ਖੜੇ ਕਰਨ ਦੇ ਲਈ, ਜਿਵੇਂ ਮਤਲਬ ਵਾਢੀ ਦਾ ਸੀਜ਼ਨ ਹੁੰਦਾ ਗਾ, ਹੋਰ ਮੁੰਡੇ ਕੰਮ ਵਗੈਰਾ ਕਰਦੇ ਗਾ, ਉਹਨਾਂ ਦੇ ਰਹਿਣ ਦੇ ਲਈ ਵੀ ਜਿਵੇਂ ਬਾਈ ਹੁਣਾਂ ਨੇ ਖੁਦ ਦੇ ਲਈ ਮਤਲਬ ਵਧੀਆ ਤਰੀਕੇ ਦਾ ਤਿਆਰ ਕੀਤਾ, ਸਾਰਾ ਸਿਸਟਮ ਉੱਧਰ ਵੀ ਕੀਤਾ ਹੋਇਆ। ਤੇ ਬਾਕੀ ਗੱਲ ਕਰੀਏ ਵੀਰੇ ਕੰਮ ਦੀ, ਥੋੜੇ ਦੀ ਯਾਰ ਬਹੁਤ ਜ਼ਿਆਦਾ ਸਫਾਈ ਆ ਵੀਰੇ, ਇਹਦਾ ਕੀ ਕਾਰਨ ਆ? ਮੈਂ ਮਤਲਬ ਜਿਵੇਂ ਦੇਖਦੇ ਆਗੇ ਲੋਕਾਂ ਦਾ ਨਹੀਂ, ਕਈ ਕੰਮਾਂ ਦੇ ਵਿੱਚ ਫਾਹੀ ਵੱਢਿਆ ਪਿਆ ਹੁੰਦਾ ਗਾ, ਪਲਸਤਰ ਦੇ ਜੋੜ ਦਿਖੀ ਜਾਂਦੇ ਹੁੰਦੇ ਆ, ਜਾਂ ਕਿਤੋਂ ਡਾਰਕ ਆ ਕਿਤੋਂ ਲਾਈਟ ਆ, ਉਹਦਾ ਕੀ ਕਾਰਨ ਸੀਗਾ ਵੀਰੇ? ਕਾਰਨ ਵੀਰੇ ਇਹ ਹੈ, ਇਹ ਕੰਮ ਆਪਾਂ ਸੁਖਚੈਨ ਵੀਰਾ ਆਪਣਾ ਵਛਾਣੇ ਤੋਂ, ਠੀਕ ਹੈ ਜੀ, ਉਹ ਠੇਕੇਦਾਰ ਸੀ ਆਪਣਾ। ਹਾਂਜੀ ਵੀਰੇ, ਕਈ ਮਿਸਤਰੀ ਪਤਾ ਕੀ ਕਰਦੇ ਨੇ ਵੀਰੇ, ਇਹ ਕਾਰਨ ਹੁੰਦਾ ਵੀ ਜਿਵੇਂ ਆਪਾਂ ਕਾਲੀ ਕਾਲੀ ਚ ਲੱਗੇ ਜਾਂਦੇ ਨੇ, 120 ਰੁਪਏ ਆਪਾਂ ਕਰ ਲੈਂਦੇ ਹਾਂ ਜਿਵੇਂ, ਕਾਲੀ ਕਾਲੀ ਚ ਲੱਗੇ ਰਹਿੰਦੇ ਆ, ਜਿਵੇਂ ਉੱਪਰੋਂ ਆਪਾਂ ਲਾ ਲਓ ਵੀ ਆਪਾਂ ਕੰਧ ਉਹ ਕਰ ਲਈ ਪਲਸਤਰ ਕਰਨ ਲੱਗ ਗਏ, ਸ਼ਾਮ ਹੋ ਗਈ ਆਪਾਂ ਨੂੰ, ਹਾਂਜੀ ਆਪਾਂ ਜਿਹੜਾ ਥਾਂ ਰਹਿ ਗਿਆ ਵਿਚਾਲੇ ਨੀਚੇ ਰਹਿੰਦਾ ਜੀ, ਉਹ ਆਪਾਂ ਸਵੇਰੇ ਕਰਾਂਗੇ, ਉਹ ਮਤਲਬ ਜਦੋਂ ਟਾਈਮ ਪੂਰਾ ਹੋ ਗਿਆ ਮਿਸਤਰੀ ਨੇ ਲੰਘ ਜਾਣਾ ਆਪਦੇ ਘਰ। ਹਾਂਜੀ ਹਾਂ, ਜੋੜ ਪੈ ਗਿਆ ਨਾ, ਹਾਂਜੀ ਉਹਦੇ ਕਾਰਨ ਕਰਕੇ। ਇੱਕ ਵੀਰੇ ਆਪਾਂ ਐ ਹੁੰਦਾ ਜਿਹੜਾ ਉੱਪਰ ਮਸਾਲਾ ਆਪਾਂ ਲਾਉਣੇ ਆ, ਹਾਂਜੀ ਇਸ ਤਰ੍ਹਾਂ, ਹਾਂਜੀ ਜਿਹੜਾ ਮਸਾਲਾ ਨੀਚੇ ਗਿਰਦਾ, ਹਾਂਜੀ ਹਾਂਜੀ, ਥੱਲੇ ਡਿੱਗਦਾ, ਹਾਂਜੀ ਕਈ ਮਿਸਤਰੀ ਕਰਦੇ ਨੇ, ਚੱਕ ਕੇ ਇਕੱਠਾ ਕਰਕੇ ਉਹੀ ਠੋਕੀ ਜਾਂਦੇ, ਠੀਕ ਹੈ ਠੀਕ ਹੈ ਨਾ ਜੀ। ਉਹਦਾ ਕਾਰਨ ਸਭ ਤੋਂ ਮੇਨ ਚੀਜ਼ ਇਹ ਹੈ, ਠੀਕ ਹੈ ਜੀ, ਵੀ ਜਦੋਂ ਡੱਬ ਪੈਂਦੇ ਜੀ, ਉਹ ਕਾਰਨ ਕਰਕੇ ਡੱਬ ਪੈਂਦੇ। ਅੱਛਾ ਜੀ, ਤਾਂ ਹੀ ਮਤਲਬ ਇੱਥੇ ਸਾਰੀ ਸਾਰੀ ਚੀਜ਼ ਕਲੀ ਕਲੀ ਚੀਜ਼ ਬੋਲਦੀ ਆ। ਹਾਂਜੀ ਹਾਂ, ਮਤਲਬ ਤੁਹਾਨੂੰ ਬਾਈ ਹੁਣਾਂ ਦਾ ਸੁਖਚੈਨ ਸਿੰਘ ਬਛਵਾਣੇ ਦਾ ਕੰਮ ਇੱਕ ਨੰਬਰ ਲੱਗਿਆ। ਹਾਂਜੀ ਹਾਂ, ਫਿਰ ਬਾਈ ਜਿਵੇਂ ਬਾਈ ਹੁਣਾਂ ਦੀ ਉਮਰ ਵੀ ਕਾਫੀ, ਉਹ ਕਾਫੀ ਜੰਗ ਨੇ ਹਨਾ ਆਪਣੇ ਹਾਣੀ ਜਿਉ ਨੇਗੇ, ਤੇ ਮਤਲਬ ਉਹਨਾਂ ਨਾਲ ਕਿਵੇਂ ਸਬੱਬ ਬਣਿਆ ਤੁਹਾਨੂੰ, ਕਿਵੇਂ ਉਹਨਾਂ ਦੇ ਨਾਂ ਦਾ ਪਤਾ ਲੱਗਿਆ? ਸਬੱਬ ਤਾਂ ਵੀਰੇ ਇਹਨਾਂ ਦਾ ਸੁਖਚੈਨ ਵੀਰ ਦਾ ਭਰਾ ਸੀਗਾ। ਅੱਛਾ ਜੀ, ਉਹਨਾਂ ਆਪਣੇ ਨਾਲ ਲਿਆ ਸੀ 18-19 ਸਾਲਾਂ ਤੋਂ। ਹਾਂਜੀ ਹਾਂਜੀ ਵੀਰੇ, ਤੇ ਅਸੀਂ ਬਸ ਗੱਲ ਛਿੜਪੀ ਸੀ, ਠੀਕ ਹੈ, ਉਹ ਕਹਿੰਦਾ ਵੀ ਆਪਾਂ ਘਰ ਪਾਉਣਾ ਸੀਗਾ, ਹਾਂਜੀ ਸਾਨੂੰ ਨਹੀਂ ਸੀ ਪਤਾ ਵੀ ਉਹ ਭਰਾ ਉਹਦਾ। ਹਾਂਜੀ ਹਾਂਜੀ, ਠੀਕ ਹੈ ਨਾ ਜੀ, ਹਾਂਜੀ ਅਸੀਂ ਗੱਲ ਚੱਲ ਪਈ, ਅਸੀਂ ਪੁੱਛ ਲਿਆ ਵੀ ਹਾਂ ਤੁਹਾਡੇ ਪਿੰਡ ਵੀ ਕੋਈ ਸੁਖਚੈਨ ਨਾਂ ਦਾ ਬੰਦਾ ਹੈ, ਹਾਂਜੀ ਵੀ ਕੰਮ ਕਰਦਾ ਜਿਹਨਾਂ ਇਹਦਾ ਵੀ ਆਪਾਂ ਕਿਵੇਂ ਆ ਬੰਦਾ, ਠੀਕ ਹੈ ਜੀ, ਆ ਕਰਕੇ ਉਹ ਫਿਰ ਕਹਿੰਦਾ ਵੀ ਮੇਰਾ ਮੇਰਾ ਭਰਾ ਹੀ ਆ। ਹਾਂ ਠੀਕ ਹੈ ਠੀਕ ਹੈ ਜੀ, ਪਹਿਲਾਂ ਉਹ ਸਾਨੂੰ ਰਾਜੂ ਵੀਰਾ ਕਹਿੰਦਾ ਵੀ ਇਹ ਵਧੀਆ ਬੰਦਾ ਵੀ ਜਾਣ ਕੇ ਵੀ ਕਰਦਾ ਸੀਗਾ, ਓਕੇ ਕਹਿੰਦਾ ਮੇਰਾ ਭਰਾ ਹੀ ਹੈ ਜੀ ਆਪਣਾ। ਠੀਕ ਹੈ ਠੀਕ ਹੈ, ਤੇ ਵੀਰੇ ਇੱਧਰ ਵੀ ਥੋੜੀ ਜਾਣਕਾਰੀ ਲੋਕ, ਇਹ ਬੈਡਰੂਮ ਹੈ ਜੀ। ਹਾਂਜੀ ਹਾਂਜੀ, ਇਹ 16-14 ਦਾ ਜੀ, 16-14 ਦਾ, ਹਾਂਜੀ ਹਾਂ, ਇਹਦੇ ਨਾਲ ਬਾਥਰੂਮ ਅਟੈਚ ਹੈ, ਬਾਥਰੂਮ ਅਟੈਚ ਆ, ਤੇ ਇੱਥੋਂ ਤੁਸੀਂ ਦੇਖ ਸਕਦੇ ਇੱਥੇ ਦਾ ਵਿਊ ਵੀ ਬੜਾ ਸ਼ਾਨਦਾਰ ਆ, ਤੇ ਆਹ ਵੀਰੇ ਤੁਸੀਂ ਵਿੰਡੋਆਂ ਓਪਨ ਰੱਖੀਆਂ ਨੇ ਵੀ ਹਵਾ ਆਉਣ ਦੇ ਲਈ। ਹਾਂਜੀ ਹਾਂ, ਤੇ ਗੱਲ ਕਰੀ ਆਹ ਸਾਰਾ ਫਿਕਸ ਹੋਊਗਾ, ਹਜੇ ਇੰਟੀਰੀਅਰ ਦਾ ਕੰਮ ਤਾਂ ਸਾਰਾ ਹੀ ਰਹਿੰਦਾ, ਮਤਲਬ ਤੁਸੀਂ ਦੇਖ ਸਕਦੇ ਹੋ ਸਾਰੇ ਦਾ ਸਾਰਾ ਨਜ਼ਾਰਾ ਐਨ ਪੂਰਾ ਦਿਖਦਾ, ਕੁਦਰਤ ਦੇ ਬਹੁਤ ਹੀ ਨਜ਼ਦੀਕ ਬੰਦਾ ਲੱਗਦਾ ਗਾ। ਤੇ ਅੱਗੇ ਵੀਰੇ, ਹਾਂਜੀ ਦੱਸੋ ਜੀ, ਇੱਧਰ ਆ ਕੀ ਬਣਿਆ ਹੋਇਆ ਜੀ? ਆਪਾਂ ਬੈਡਰੂਮ, ਇਹ ਵੀ ਬੈਡਰੂਮ ਆ ਗਿਆ ਦਰਸ਼ਕ ਵੀਰੋ, ਤੁਸੀਂ ਦੇਖ ਸਕਦੇ ਹੋ ਆਹ ਵੀ ਇੱਕ ਹੋਰ ਨਾਲ ਇਹਦੇ ਬੈਡਰੂਮ ਅਟੈਚ ਹੈਗਾ, ਤੇ ਇਹ ਬੈਡਰੂਮ ਦੇ ਵੀਰੇ ਜੋ ਸਾਹਮਣੇ ਬਣਿਆ ਬਿਲਕੁਲ ਉਹਦੇ ਬਾਰੇ ਵੀ ਸਾਨੂੰ ਦੱਸੋ। ਉਹ ਹੈਗਾ ਵੀਰੇ ਪੂਜਾ ਰੂਮ, ਪੂਜਾ ਰੂਮ, ਹਾਂਜੀ ਹਾਂ, ਓਕੇ, ਸੋ ਆ ਜਾਓ ਦਰਸ਼ਕ ਵੀਰੋ ਆਪਾਂ ਦੇਖਦੇ ਹਾਂ ਪੂਜਾ ਰੂਮ। ਪੂਜਾ ਰੂਮ ਵੀ ਜਾਣੀ ਕਿ ਤੁਸੀਂ ਬਹੁਤ ਵੀਰੇ ਵਧੀਆ ਸਪੈਸ਼ਲ ਜਗ੍ਹਾ ਰੱਖ ਕੇ ਬਣਾਇਆ ਗਾ, ਨਹੀਂ ਤਕਰੀਬਨ ਆਪਾਂ ਦੇਖਦੇ ਹਾਂ ਕਿ ਵੀ ਮਤਲਬ ਕਾਫੀ ਭੀੜੇ ਹੁੰਦੇ ਆ। ਹਾਂਜੀ ਹਾਂ, ਪੂਜਾ ਰੂਮ, ਪਤਾ ਕੀ ਗੱਲ ਹੈ ਵੀਰੇ, ਹਾਂਜੀ ਬੰਦਾ ਸਾਰਾ ਕੁਝ ਕਰ ਲੈਂਦਾ ਹੈ, ਹਾਂਜੀ ਕਮਾਈ ਵੀ ਕਰ ਲੈਂਦਾ, ਪਰ ਇਹ ਸਤਿਕਾਰ ਗੁਰੂ ਦਾ ਜ਼ਰੂਰੀ, ਬਹੁਤ ਵੱਡੀ ਗੱਲ ਕਹੀ ਹੈ ਜੀ। ਹਾਂ ਬਿਲਕੁਲ ਬਿਲਕੁਲ, ਤੇ ਵੀਰ ਜੀ ਆਹ ਚੀਜ਼ ਬਾਰੇ ਦੱਸੋ, ਆ ਆਪਣਾ ਬਰਾਂਡਾ ਟਾਈਪ ਚੀਜ਼ ਆ ਗਈ ਜੀ? ਹਾਂ ਵੀਰੇ, ਇਹ ਬਰਾਂਡਾ ਹੈ, ਇਹਦਾ ਕਾਰ ਇਹ ਬਣਾਇਆ ਆਪਾਂ ਬਾਅਦ ਚੋਂ, ਪਹਿਲਾਂ ਨਕਸ਼ੇ ਚ ਹੈ ਨਹੀਂ ਸੀ। ਠੀਕ ਹੈ ਠੀਕ ਹੈ ਜੀ,
ਤੇ ਇਹ ਫਿਰ ਮੈਂ ਕਿਹਾ ਵੀ ਖਾਲੀ ਆ ਥਾਂ ਰਹੂਗਾ ਉਰੇ, ਨਾਲੇ ਤਾਂ ਕੈਮਰਾਮੈਨ ਵੀਰੇ ਆ ਤੁਸੀਂ ਦਿਖਾ ਦਿਓ ਵੀਰੇ, ਸਾਰਾ ਦਿਖਾ ਦਿਓ ਬਰਾਂਡਾ ਹਨਾ, ਸਾਰਾ ਆਪਣੇ ਦਰਸ਼ਕ ਭਰਾਵਾਂ ਨੂੰ ਸਾਰਾ ਦੂਰੋਂ ਵਿਊ ਦਿਖਾ ਦਿਓ। ਆ ਤੁਸੀਂ ਦੇਖ ਸਕਦੇ ਹੋ ਜੀ, ਇਹ ਪਹਿਲਾਂ ਬਣਿਆ ਨੀ ਹੋਇਆ ਸੀਗਾ, ਇਹ ਤੁਸੀਂ ਬਾਅਦ ਚ ਬਣਵਾਇਆ ਗਾ, ਠੀਕ ਹੈ ਜੀ। ਫਿਰ ਵੀ ਆਪਾਂ ਜਿਵੇਂ ਮੰਜਾ ਡਾਲੋ ਜਿਵੇਂ ਪੈਣਾ ਉਰੇ, ਹਾਂਜੀ ਹਵਾ ਕ੍ਰੋਸ ਹੁੰਦੀ ਹੈ, ਖੁੱਲੀ ਹਵਾ, ਬਿਲਕੁਲ ਬਿਲਕੁਲ। ਤੇ ਇੱਕ ਹੋਰ ਕਾਰਨ ਇਹਦਾ, ਆਪਾਂ ਉੱਪਰੋਂ ਆਪਾਂ ਦੇਖ ਸਕਦੇ ਨੀਚੇ ਜੀ, ਨੀਚੇ ਬੰਦੇ ਨੂੰ ਨੀ ਪਤਾ ਲੱਗਦਾ ਉੱਪਰ ਕੋਈ ਬੰਦਾ ਬੈਠਾ ਗਾ, ਹਾਂਜੀ ਉਹ ਸਾਰੀਆਂ ਚੀਜ਼ਾਂ ਦੇ ਮਤਲਬ ਤੁਸੀਂ ਗੌਰ ਰੱਖ ਕੇ ਬਣਾਈ ਹੋਈ ਹੈ। ਹਾਂ ਵੀਰੇ, ਆ ਤੁਸੀਂ ਦੇਖ ਸਕਦੇ ਹੋ ਦਰਸ਼ਕ ਵੀਰੋ, ਕੱਲੀ ਕੱਲੀ ਕੋਰ, ਕੱਲੀ ਕੱਲੀ ਗਲਾਈ, ਮਤਲਬ ਕੰਮ ਦੇ ਇੰਨੀ ਕੁ ਜ਼ਿਆਦਾ ਮਿਸਤਰੀ ਨੇ ਕੰਮ ਦੇ ਘੜੇਲ ਕੱਢੇ ਪਏ ਨੇ, ਆਪਾਂ ਸ਼ਬਦਾਂ ਚ ਬਿਆਨ ਨੀ ਕਰ ਸਕਦੇ। ਕਿਸੇ ਕਿਸਮ ਦਾ ਕੋਈ ਐ ਨੀ ਹੈਗਾ ਵੀ ਫਾਹਾ ਵੱਢਾ ਵਾਲਾ ਕੰਮ ਹੈਗਾ, ਤੁਸੀਂ ਦੇਖੋ ਆ ਕੋਰਾਂ ਜਿੰਨੀਆਂ ਵੀ ਨੇ ਸਾਰੀਆਂ ਸਾਰੀਆਂ ਮਤਲਬ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਨੇ। ਤੇ ਬਹੁਤ ਬਹੁਤ ਧੰਨਵਾਦ ਅਤਿੰਦਰ ਵੀਰੇ, ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ। ਤੇ ਹੁਣ ਆਪਾਂ ਬਾਈ ਹੁਣਾਂ ਸੁਚੈਨ ਹੁਣਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛਦੇ ਆਂਗੇ ਹਨਾ ਕੀ ਕੁਛ ਉਹਨਾਂ ਨੇ ਖਾਸ ਕੀਤਾ ਗਾ। ਬਹੁਤ ਬਹੁਤ ਧੰਨਵਾਦ ਵੀਰੇ, ਠੀਕ ਹੈ ਜੀ, ਠੀਕ ਹੈ ਠੀਕ ਹੈ। ਕਹਿੰਦੇ ਕਹਿੰਦੇ ਆ ਕਹਾਉਂਦਿਆਂ ਨੂੰ ਲਾਉਂਦਾ ਖੁੰਜੇ ਨੀ, ਮੂਸੇ ਤੋਂ ਟੋਰਾਂਟੋ ਤੱਕ ਨਾ ਗੁੰਜੇ ਨੀ। ਸੋ ਸਾਡਾ ਵੱਡਾ ਭਾਈ ਸੁਖਚੈਨ ਸਿੰਘ ਬਛੋੜਾ, ਸਤਿ ਸ੍ਰੀ ਅਕਾਲ ਵੀਰੇ। ਵੀਰੇ ਆਪਣੇ ਕੰਮ ਚ ਤੁਸੀਂ ਦੇਖ ਲਓ, ਤੁਸੀਂ ਸਫਾਈ ਤਾਂ ਦੇਖ ਹੀ ਲਈ ਜੀ ਜੀ ਜੀ, ਠੀਕ ਹੈ। ਤੇ ਆਪਣੇ ਕੰਮ ਚ ਤੁਹਾਨੂੰ ਜ਼ਿਆਦਾਤਰ ਕ੍ਰੈਕ ਵੀ ਨੀ ਮਿਲੂਗਾ, ਠੀਕ ਹੈ ਵੀਰੇ। ਉਹਦਾ ਵੀਰੇ ਕੀ ਕਾਰਨ ਆ, ਕੀ ਖਾਸੀਅਤ ਆ? ਉਹਦਾ ਕਾਰਨ ਵੀਰੇ, ਹੁਣ ਜਦੋਂ ਕੋਈ ਵੀ ਆ, ਹੁਣ ਆਪਾਂ ਲੈਂਟਰ ਪਾਤਾ, ਹਾਂਜੀ, ਉਹਦੇ ਉੱਪਰ ਆਪਾਂ ਚਣਈ ਲਾ ਦਿੰਦੇ, ਉੱਥੇ ਕ੍ਰੈਕ ਆਉਂਦੀ ਆਉਂਦਾ, ਹਾਂਜੀ, ਠੀਕ ਹੈ। ਆਪਾਂ ਪਰ ਉਹਦੇ ਉੱਪਰ ਜਾਲੀ ਲਾ ਕੇ ਪਲਸਤਰ ਕਰਦੇ ਆ, ਠੀਕ ਹੈ, ਉਹਦੇ ਨਾਲ ਕ੍ਰੈਕ ਨੀ ਆਉਂਦਾ, ਚਾਹੇ ਆਪਣਾ ਠੇਕੇ ਤੇ ਕੰਮ ਚਾਹੇ ਦਿਹਾੜੀ ਤੇ, ਆਪਾਂ ਨੇ ਉਹ ਕਰਨੀ ਕਰਨਾ, ਨਾਲ ਲੇਬਰ ਵਾਲਾ ਬੰਦਾ, ਹਾਂਜੀ, ਇਹ ਭਰਾ ਹੀ ਆ ਆਪਣਾ, ਹਾਂਜੀ, ਸਭ ਤੋਂ ਵੱਡਾ ਸਹਿਯੋਗ ਆ ਜਿਹੜੀ ਵੀ ਅਸੀਂ ਕੋਠੀ ਵੇਚਦੇ ਆ ਜਾਂ ਹਵੇਲੀ ਵੇਚਦੇ ਆ, ਸਭ ਤੋਂ ਵੱਡਾ ਸਹਿਯੋਗ ਆ ਤੁਹਾਡੇ ਨਾਲ ਹੀ ਭਾਈ ਹੁੰਦਾ, ਹਾਂਜੀ ਹਾਂਜੀ, ਭਰਾ ਹੀ ਆ ਜੀ ਇਹ, ਸਾਰਾ ਕੰਮ ਇਹਦੀ ਦੇਖ ਰੇਖ ਹੇਠਾਂ ਰਹੀ। ਨਹੀਂ ਜੀ ਵੀਰੇ, ਹਾਂਜੀ, ਤੇ ਇੱਕ ਸੁਖਚੈਨ ਵੀਰੇ, ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਤੁਹਾਡਾ ਰੇਟ ਕੀ ਆ ਤੇ ਕੀ ਸਿਸਟਮ ਹੁੰਦਾ ਗਾ ਕੰਮ ਕਰਨ ਦੇ ਲਈ, ਵੀ ਜੇ ਤੁਹਾਨੂੰ ਕੋਈ ਆਪਣਾ ਵੀਡੀਓ ਦੇਖ ਕੇ ਆਪਣਾ ਭੈਣ ਭਰਾ ਹਨਾ ਤੁਹਾਡੇ ਨਾਲ ਕੰਟੈਕਟ ਕਰਦਾ ਗਾ ਤਾਂ ਥੋੜਾ ਜਿਹਾ ਮਤਲਬ ਤੁਸੀਂ ਕਿੰਨੇ ਏਰੀਆ 'ਚ ਕੰਮ ਕਰ ਦਿੰਦੇ ਹੋ? ਹਾਂਜੀ ਆਪਾਂ ਏਰੀਆ ਤਕਰੀਬਨ ਸਾਰੇ ਲਗਭਗ ਦੂਰ ਦੂਰ ਤੱਕ ਹੀ ਕਰ ਰਹੇ ਹਾਂ ਵੀਰ ਜੀ, ਠੀਕ ਹੈ ਜੀ। ਤੇ ਆਪਣਾ ਰੇਟ ਕਰਿਆ ਹੋਇਆ ਵੀਰ ਜੀ ਉਰੇ 150 ਰੁਪਏ ਫੁੱਟ, 150 ਰੁਪਏ ਫੁੱਟ, ਹਾਂਜੀ ਹਾਂਜੀ ਹਾਂਜੀ। ਤੇ ਇਹਦੇ ਵਿੱਚ ਆਪਣਾ ਨਵਾਂ ਅਲੱਗ ਨੇ ਜੀ, ਨਵਾਂ ਅਲੱਗ ਨੇ, ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਜਿਹੜੇ ਆਪਣੇ ਆ ਗੋਲੇ ਬਣੇ ਹੋਏ ਵੀਰ ਜੀ, ਆ ਦਿਖਾ ਦੋ ਦਰਸ਼ਕਾਂ ਨੂੰ ਜੀ, ਗੋਲੇ ਦਿਖਾ ਦੋ, ਤੇ ਬਾਉਂਡ ਆਪਣਾ ਮੋਲਡਿੰਗ ਆ ਗਈ, ਹਾਂਜੀ ਹਾਂਜੀ, ਇਹਦਾ ਵੀਰ ਜੀ ਡਬਲ ਚ ਰੇਟ ਹੁੰਦਾ, ਡਬਲ ਚ, ਮੰਨ ਲਾ ਆਪਣਾ 150 ਹੈ ਤਾਂ ਇਹਦਾ 300 ਰੁਪਏ ਸਕੁਅਰ ਫੁੱਟ, 300 ਰੁਪਏ ਹੋ ਜੀ, ਹਾਂਜੀ ਠੀਕ ਹੈ ਠੀਕ ਹੈ ਜੀ। ਤੇ ਨਵਾਂ ਆਪਾਂ ਨੇ ਇਹਦੇ ਵਿੱਚ ਕਰੀਆਂ ਹੋਈਆਂ ਸੀਗੀਆਂ ਆਪਣਾ 1500 ਰੁਪਏ 1000 ਜੀ, ਠੀਕ ਹੈ ਜੀ, ਠੀਕ ਹੈ ਜੀ। ਤੇ ਇਹਦੇ ਕੋਠੀ ਦੇ ਵਿੱਚ 32 ਪਿੱਲਰ ਲੱਗੇ ਹੋਏ ਵੀਰ ਜੀ, 32 ਪਿੱਲਰ, ਹਾਂਜੀ 32 ਪਿੱਲਰ ਲੱਗੇ ਹੋਏ ਦਰਸ਼ਕ ਵੀਰੋ ਇਸ ਹਵੇਲੀ ਦੇ ਵਿੱਚ। ਤੇ ਆਪਾਂ ਹਰੇਕ ਪਿੱਲਰ ਦਾ 3000 ਰੁਪਏ ਪਿੱਲਰ ਆ ਵਗਰ ਅਲੱਗ ਕਰਿਆ, ਅਲੱਗ ਕਰਿਆ ਹੋਇਆ, ਠੀਕ ਹੈ ਠੀਕ ਹੈ ਜੀ। ਤੇ ਸੁਖਚੈਨ ਵੀਰੇ ਆ ਕੀ ਚੀਜ਼ ਬਣੀ ਹੋਈ ਆਪਣੇ ਦਰਸ਼ਕ ਵੀਰਾਂ ਨੂੰ ਇਹਦੇ ਬਾਰੇ ਵੀਰ ਜੀ, ਹੱਟ ਹੈਗੀ, ਹਾਂਜੀ, ਤੇ ਕਿੰਨਾ ਕੁ ਖਰਚਾ ਆ ਜਾਂਦਾ ਵੀਰੇ, ਕਿੰਨੇ ਕੁ ਕੋਸਟਲੀ ਹੈਗਾ ਵੀਰ ਜੀ? ਇਹ ਤੇ ਆ ਗਿਆ ਸੀ 1.5 ਲੱਖ ਰੁਪਏ ਖਰਚਾ ਆ ਗਿਆ, 1.5 ਲੱਖ ਰੁਪਇਆ, ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਚੀਜ਼ ਵਧੀਆ, 50 ਸਾਲ ਦੀ ਗਰੰਟੀ ਹੈ ਇਹਦੀ, ਹਾਂਜੀ, ਚੀਜ਼ ਖਰਾਬ ਹੋਣ ਦੀ ਜੀ, ਤੇ ਅੱਜ ਕੱਲ ਇਹ ਚੀਜ਼ ਚੱਲ ਰਹੀ ਹੈ, ਚੱਲ ਰਹੀ ਆ। ਤੇ ਇੱਕ ਸੁਖਚੈਨ ਵੀਰੇ ਹੋਰ, ਜਿਵੇਂ ਤੁਸੀਂ ਇੱਥੇ ਸਰੀਆ ਪਾਇਆ ਗਾ, ਹਾਂਜੀ ਹਾਂਜੀ, ਤੇ ਉਹਦੇ ਬਾਰੇ ਵੀ ਦੱਸੋ ਕੀ ਪਲੈਨਿੰਗ ਨਾਲ ਪਾਇਆ ਸੀਗਾ ਸਰੀਆ, ਡੱਬੀ ਕਿੰਨੀ ਬਣਾਈ ਸੀਗੀ, ਮਤਲਬ ਉਹਦੇ ਬਾਰੇ ਦੱਸੋ। ਡੱਬੀ ਵੀਰੇ ਆਪਣੀ 8x8 ਦੀ ਚੱਲੀ ਆ, ਟਾਟਾ ਦਾ ਸਰੀਆ ਪਾਇਆ ਉਹਦੇ ਵਿੱਚ ਆਪਾਂ ਨੇ ਵੀਰੇ। ਆਮ ਸਰੀਏ ਜੇ ਆਪਾਂ ਨਾਰਮਲ ਦੂਸਰਾ ਪਾਈਏ ਜੇ ਸਰੀਆ ਹੋ ਗਿਆ, ਉਹਦੀ ਚੱਲ ਰਹੀ ਆ ਆਪਣੀ 6-7 ਦੀ, ਜਾਂ 6-7 ਦੀ, ਮਤਲਬ ਇਹ ਇਹਦੇ ਚ ਥੋੜਾ ਜਿਹਾ ਗੈਪ ਵੱਧ ਜਾਂਦਾ, ਹਾਂਜੀ ਹਾਂਜੀ, ਇਹ ਗੈਪ ਵੱਧ ਜਾਂਦਾ, ਠੀਕ ਹੈ ਜੀ, ਹਾਂਜੀ ਹਾਂਜੀ। ਤੇ ਇਧਰ ਵੀਰੇ ਆ ਜਿਹੜੀ ਸ਼ੀਟ ਤੁਸੀਂ ਯੂਜ਼ ਕੀਤੀ ਹੈਗੀ, ਬੜੀ ਘੈਂਟ ਲੱਗ ਰਹੀ ਆ ਨਾ, ਹਾਂਜੀ, ਇਹਦੇ ਬਾਰੇ ਵੀ ਦੱਸੋ ਜੀ ਦਰਸ਼ਕ। ਹਾਂਜੀ ਇਹ ਵੀਰਾ ਮਿਲਿਆ ਸੀ ਆਪਾਂ ਨੂੰ ਗੁਰਪ੍ਰੀਤ ਪਟਿਆਲੇ ਤੋਂ, ਹਾਂਜੀ ਹਾਂਜੀ, ਤੇ ਆਪਣੇ ਕਣੀ ਤਾਂ ਹਜੇ ਘੱਟ ਚੱਲ ਰਹੀ ਆ,
ਤੇ ਉਹ ਕਨੈਕਟ ਹੋਇਆ ਸਾਡਾ, ਉਹਨਾਂ ਨੇ ਇਹ ਸੀਟ ਲਾਈ ਹੈ। ਅੱਛਾ ਜੀ, ਹਾਂਜੀ ਹਾਂਜੀ, ਤੇ ਵਧੀਆ ਚੀਜ਼ ਹੈ ਇਹਦੀ ਵੀ, 50 ਸਾਲ ਦੀ ਗਰੰਟੀ, 50 ਸਾਲ ਦੀ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਵੀਰੇ। ਤੇ ਹੋਰ ਕਿਹੜੀ ਕਿਹੜੀ ਚੀਜ਼ਾਂ ਦਾ ਮਤਲਬ ਖਿਆਲ ਰੱਖਿਆ ਗਿਆ ਇਸ ਦੇ ਵਿੱਚ ਹਵੇਲੀ ਦੇ ਵਿੱਚ? ਜ਼ਿਆਦਾ ਤਾਂ ਵੀਰੇ ਅਸੀਂ ਨੇ ਸ਼ੌਂਕ ਤੇ ਆਪਣਾ ਇਹਦਾ ਸਲਾਬ ਦਾ ਜ਼ਿਆਦਾ ਖਿਆਲ ਰੱਖਿਆ। ਅੱਛਾ ਵੀਰੇ, ਉਹਦੇ ਲਈ ਕੀ ਕੁਛ ਕੀਤਾ ਜੀ ਆਪਾਂ? ਉਹਦੇ ਲਈ ਵੀਰ ਜੀ ਆਪਾਂ ਨੇ ਥੱਲੋਂ ਜਿੰਨੀ ਆਪਾਂ ਨੇ ਨਿਵਾ ਭਰੀਆਂ ਸੀਗੀਆਂ, 7 ਫੁੱਟ ਨਿਵਾ ਭਰੀਆਂ ਗਈਆਂ ਨੇ ਵੀਰ ਜੀ ਬਾਣ ਚੋਂ ਚੱਕਿਆ ਸੀ ਆਪਾਂ ਨੇ। ਜੀ 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 ਜੀ, ਤੇ ਆਪਾਂ ਨੇ ਨਿਵਾ ਵੀ ਵਾਟਰ ਪਰੂਫ ਸਮੈਂਟ ਨਾਲ ਆਪਾਂ ਨੇ ਪਲਸਤਰ ਕਰੀਆਂ ਨੇ। ਠੀਕ ਹੈ ਜੀ। ਤੇ ਸਲਾਬ ਵਾਸਤੇ ਆਪਾਂ ਨੇ ਸਾਰੇ ਸਮੈਂਟ ਚਿਣਾਈ ਦੇ ਵਿੱਚ ਆਪਾਂ ਨੇ ਡਾਕਟਰ ਫਿਕਸਰ ਜੀ ਯੂਜ ਕੀਤਾ ਹੈਗਾ ਜੀ, ਪੀਡੀ ਲਾਈਟ ਦਾ ਜੀ। ਜੀ, ਪੀਡੀ ਲਾਈਟ ਦਾ। ਹਾਂਜੀ, ਤੇ ਵੀਰੇ ਆਹ ਕੀ ਚੀਜ਼ ਬਣਾਈ ਹੈਗੀ ਉੱਪਰ ਜਿਹੜਾ ਟੋਪ ਦੇ ਉੱਤੇ ਤੁਸੀਂ ਇਹ ਬਣਾਇਆ ਹੈਗਾ ਹੱਟ ਟਾਈਪ ਜਿਹਾ? ਹਾਂਜੀ ਹਾਂਜੀ, ਇਹ ਫਿਰ ਫਰੰਟ ਦੇ ਵਿੱਚ ਸੀਗਾ ਜੀ ਇਹ। ਹਾਂਜੀ, ਤੇ ਊਂ ਵਾਂਗੂ ਇਹ ਰੂਮ ਆ ਗਿਆ ਇੱਕ ਕਿਸਮ ਦਾ ਉੱਪਰ ਟੋਪ। ਠੀਕ ਹੈ, ਠੀਕ ਹੈ ਜੀ। ਹਾਂਜੀ ਹਾਂਜੀ, ਤੇ ਸਾਰਾ ਆਪਾਂ ਨੇ ਨਹੀਂ ਲੋਕ ਸਕੰਜਾ ਅੱਜ ਕੱਲ ਦੇ ਚੱਲ ਰਿਹਾ ਹੈਗਾ ਆਪਣਾ ਪਾਈਪਾਂ ਦਾ ਕਰ ਦਿੰਦੇ ਨੇ, ਆਪਾਂ ਨੇ ਸਾਰਾ ਆਰਸੀਸੀ ਬਣਾਇਆ ਵੀ। ਆਰਸੀਸੀ ਬਣਾਇਆ? ਹਾਂਜੀ ਹਾਂਜੀ, ਸਾਰੀਆਂ ਆਪਣੀਆਂ ਟੇਪਰਾਂ ਜਿੰਨੀ ਸੀ ਬਣਾਈਆਂ ਨੇ ਆਪਾਂ ਨੇ। ਠੀਕ ਹੈ, ਅੱਜ ਕੱਲ ਪਾਈਪਾਂ ਨਹੀਂ ਚੱਲ ਰਹੀਆਂ, ਮਤਲਬ ਅਗਲਾ ਨਹੀਂ ਮਿਹਨਤ ਕਰਕੇ ਜਾ ਰਾਜੀ ਹੈਗਾ ਜੀ, ਮਤਲਬ ਤੁਸੀਂ ਇਹਦੀ ਫਿਰ ਲਾਈਫ ਦਾ ਵੀ ਫਰਕ ਹੋਊਗਾ ਵੀਰੇ। ਹਾਂਜੀ ਹਾਂਜੀ, ਲਾਈਫ ਇਹਦੀ ਤਾਂ ਹੈਗੀ ਆ ਜ਼ਿਆਦਾ ਜੀ। ਠੀਕ ਹੈ ਜੀ, ਕੱਲ ਨੂੰ ਥੱਲੇ ਪਾਣੀ ਤਾਂ ਲੱਗ ਕੇ ਖਰਾਬ ਹੋ। ਹਾਂਜੀ 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 ਹਾਂਜੀ, ਤੇ ਆਪਣੇ ਵੀਰ ਨੇ ਰਾਮਣਾ ਆਰਕੀਟੈਕ ਬਲਾਡੇ ਤੋਂ ਜੀ, ਤੇ ਉਹਨਾਂ ਨੇ ਉਹਨਾਂ ਦੇ 3 ਦਫ਼ਤਰ ਆ ਜੀ, ਨਾਮ ਤੇ ਆਪਣਾ ਰਤੀਆ ਤੇ ਬਲਾਡਾ ਜੀ ਵੀਰੇ। ਤੇ ਉਹਨਾਂ ਨੇ ਨਕਸ਼ਾ ਇੰਨੇ ਦਿਮਾਗ ਨਾਲ ਸੋਚ ਕੇ ਬਣਾਇਆ ਵੀਰੇ, ਹਾਂਜੀ, ਵੀ ਸਾਰਾ ਤਾਂ ਹਵਾਦਾਰ ਹੈ ਜੀ ਵੀਰੇ। ਠੀਕ ਹੈ, ਹਾਂਜੀ, ਤੁਹਾਨੂੰ ਹਨੇਰਾ ਨੀ ਮਿਲਣਾ ਇਹਦੇ ਵਿੱਚ, ਬਿਲਕੁਲ ਜੀ। ਠੀਕ ਹੈ, ਮੇਰੇ ਹਿਸਾਬ ਨਾਲ ਪੱਖੇ ਤੇ ਏਸੀ ਦੀ ਵੀ ਲੋੜ ਨੀ, ਫਿਰ ਇਹ ਸਕਿਉਰਿਟੀ ਗਾਰਡ ਵਾਸਤੇ ਬਣਾਇਆ। ਅੱਛਾ ਜੀ, ਹਾਂਜੀ ਹਾਂਜੀ, ਤੇ ਬਾਈ ਹੁਰੀ ਨੇ ਆਪਣੇ ਸਾਹਿਬ ਹੁਰੀ, ਹਾਂਜੀ ਹਾਂਜੀ, ਦੱਸ ਕੇ ਤੋਂ ਇਹਨਾਂ ਨੇ ਮੰਨ ਲਓ ਵੀ ਸਕਿਉਰਿਟੀ ਵਾਸਤੇ ਵੀ ਕੋਈ ਫਰਕ ਵਾਲੀ ਗੱਲ ਨੀ ਰੱਖੀ ਉਹਨਾਂ, ਦੇਖੋ ਕੱਲੀ ਕੱਲੀ ਚੀਜ਼ ਸੇਮ, ਮਤਲਬ ਹਾਂਜੀ ਹਾਂਜੀ, ਵੀ ਕੋਠੀ ਨਾਲ ਮੈਚ ਕਰਦੇ ਬਣਾਈ ਜਾ ਕੇ ਦਿੱਤਾ। ਹਾਂਜੀ, ਤੇ ਪਿੱਛੇ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀਗਾ ਬਿਲਡਿੰਗ ਹਵੇਲੀ ਦੇ ਬੈਕ ਸਾਈਡ ਦੇ ਉੱਪਰ ਜਿੰਨੇ ਵੀ ਹਨਾ ਰੂਮ ਵਗੈਰਾ ਬਣਾਏ ਨੇ, ਸੇਮ ਪੂਰੇ ਸ਼ੌਂਕ ਨਾਲ ਤਿਆਰ ਕੀਤੇ ਨੇ, ਉੱਥੇ ਚਾਹੇ ਮਸ਼ੀਨਾਂ ਖੜਾ ਲਈਏ ਚਾਹੇ ਲੇਬਰ ਵਾਲੇ ਬੰਦੇ, ਹਾਂ ਸਾਰਾ ਮਸ਼ੀਨਰੀ ਵਾਸਤੇ ਟਰੈਕਟਰ ਟਰੂਕਟਰ। ਬਿਲਕੁਲ ਬਿਲਕੁਲ, ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਜੀ, ਇੱਥੇ ਦਾ ਸ਼ਟਰ ਪਿਆ ਹੋਗਾ, ਇਹ ਆਪਣੀ ਹਵੇਲੀ ਦੀ ਬੈਕ ਸਾਈਡ ਆ ਗਈ। ਹਾਂਜੀ, ਤੇ ਸਾਰਾ ਜਾਨੀ ਕਿ ਆਪਾਂ ਲਾ ਲਈਏ ਤਾਂ ਟੋਟਲ ਵੀਰੇ 15,000 ਦੇ ਲਗਭਗ। ਠੀਕ ਹੈ ਜੀ, ਠੀਕ ਹੈ ਜੀ। ਸੋ ਦੋਸਤੋ ਬਹੁਤ ਬਹੁਤ ਧੰਨਵਾਦ ਜੀ, ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ, ਇਦਾਂ ਦੇ ਹੀ ਕਨਸੈਪਟ ਚੰਗੇ ਚੰਗੇ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਦੇ ਰਹਾਂਗੇ, ਤੇ ਨੈਵਰ ਫੋਲਡ ਨੈਵਰ ਬੈਕ ਡਾਊਨ ਜਾਉਂਦੇ ਵਸਦੇ ਰਹੋ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ ਭਰਾ, ਠੀਕ ਹੈ ਸੁਚੇਨ ਬਾਈ, ਬਹੁਤ ਧੰਨਵਾਦ ਯਾਰ ਇੰਨਾ ਸਮਾਂ ਦਿੱਤਾ।